ਤੇ 780 ਕਿਲੋ ਸੋਨਾ ਉਸ ਸਮੇਂ ਦੇ ਮੁਤਾਬਕ ਜੇ ਅੱਜ ਦੀ ਗੱਲ ਕਰੀਏ ਨਾ ਅੱਜ ਦੀ ਗੱਲ ਦੇ ਤੌਰ ਤੇ ਵੀ ਕਰੋੜਾਂ ਦੇ ਵਿੱਚ ਜਾਂਦੀ ਉਹਦੀ ਕੀਮਤ। ਉਹਨਾਂ ਨੂੰ ਬਚਨ ਕੀਤਾ ਸੀਗਾ ਗੁਰੂ ਸਾਹਿਬ ਨੇ, ਗੁਰੂ ਤੇਗ ਬਹਾਦਰ ਜੀ ਨੇ, ਕਹਿੰਦੇ ਹੁਣ ਤੋਂ ਹੀ ਮੋਹਰਾਂ ਜੋੜਨੀਆਂ ਸ਼ੁਰੂ ਕਰ ਲਾ, ਜਦੋਂ ਸਾਨੂੰ ਲੋੜ ਪਏਗੀ ਅਸੀਂ ਗੱਡਾ ਭਰ ਕੇ ਮੋਹਰਾਂ ਦਾ ਤੁਹਾਡੇ ਤੋਂ ਸੇਵਾ ਲੈ ਲੈਣੀ ਹੈ। ਇਹ ਅੰਗਰੇਜ਼ ਕੀ ਕਹਿੰਦਾ, ਕਹਿੰਦਾ ਦੇਖਦੇ ਹਾਂ ਕਿ ਉੱਥੇ ਕੌਣ ਰਹਿੰਦਾ, ਦੋਵਾਂ ਦੀ ਮਹਿੰਗੀ ਧਰਤੀ ਹੈ, ਕਹਿੰਦਾ ਦੇਖਦੇ ਹਾਂ ਉੱਥੇ ਰਹਿੰਦਾ ਕੌਣ, ਐਡੀ ਮਹਿੰਗੀ ਧਰਤੀ 'ਤੇ ਰਹਿੰਦਾ ਕੌਣ ਹੈ। ਇੱਥੇ ਉਹਨੇ ਮੰਗਿਆ ਸੀਗਾ ਕਿ ਮੇਰਾ ਪਰਿਵਾਰ ਗੁਰੂ ਸਾਹਿਬ ਉੱਜੜ ਜਾਵੇ, ਮੇਰੀ ਵੰਸ਼ ਉੱਜੜ ਜਾਵੇ, ਮੈਂ ਤੁਹਾਡੇ ਤੋਂ ਇਹੀ ਵਾਰ ਮੰਗਦਾ ਗਾ, ਇਹੀ ਮੇਰੀ ਇੱਛਾ ਹੈਗੀ। ਸਾਡੇ ਇਤਿਹਾਸ ਵਿੱਚ ਟੋਡਰਮੱਲ ਜੀ ਦਾ ਜ਼ਿਕਰ ਆਉਂਦਾ ਹੈ, ਸਾਨੂੰ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਉਹਨਾਂ ਨੇ ਗੁਰੂ ਸਾਹਿਬਾਨ ਤੋਂ ਪਰਿਵਾਰ ਉੱਜੜ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ, ਕੀ ਇਹ ਸੱਚ ਹੈ? ਬਿਲਕੁਲ ਮਨਿੰਦਰ, ਇਹ ਗੱਲ ਬਿਲਕੁਲ ਸੱਚ ਹੈ, 16 ਨੇ ਸੱਚ ਹੈ ਇਹ ਗੱਲ, ਪਰ ਇਤਿਹਾਸ ਆਪਾਂ ਨੂੰ ਹਲੇ ਤੱਕ ਨਹੀਂ ਦੱਸਿਆ ਗਿਆ। ਇਹਦੇ ਪਿੱਛੇ ਵੀ ਜਿਹੜਾ ਇਤਿਹਾਸ ਉਹਦੇ ਬਾਰੇ ਆਪਾਂ ਪੂਰੀ ਅੱਜ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ, ਇਤਿਹਾਸ ਦੇ ਵੜ ਕੇ ਫਰੋਲਣ ਦੀ ਕੋਸ਼ਿਸ਼ ਕਰਾਂਗੇ। ਇਹ ਪਹਿਲਾ ਸਿੱਖ ਸੀਗਾ, ਪਹਿਲਾ ਸਿੱਖ ਸੀ ਜਿਹਨੇ ਕਿ ਗੁਰੂ ਸਾਹਿਬ ਤੋਂ ਇਹ ਇੱਛਾ ਮੰਗੀ ਸੀ ਕਿ ਮੇਰਾ ਪਰਿਵਾਰ ਉੱਜੜ ਜਾਵੇ, ਮੇਰੀ ਕੋਈ ਵੀ ਵੰਸ਼ ਪਿੱਛੇ ਨਾ ਰਹੇ। ਇਹ ਕਿਉਂ ਮੰਗਿਆ ਸੀ, ਕੀ ਕਾਰਨ ਸੀ, ਕੀ ਵਜ੍ਹਾ ਸੀ, ਉਹਦੇ ਬਾਰੇ ਵੀ ਤੁਹਾਨੂੰ ਆਪਾਂ ਹਨਾ ਪੂਰੀ ਡਿਟੇਲ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਇਹ ਤੁਹਾਨੂੰ ਦੱਸਦਾ ਇਹਦੇ ਪਿਛੋਕੜ ਬਾਰੇ, ਪਹਿਲਾਂ ਦੱਸਾਂ ਕਿ ਟੋਡਰਮੱਲ ਜੀ ਦਾ ਜਿਹੜਾ ਪਰਿਵਾਰ ਹੈ ਨਾ ਬਈ, ਹਾਂਜੀ, ਉਸ ਵਕਤ ਜੇ ਇਸ ਪਿੱਛੇ ਦੀ ਗੱਲ ਕਰੀਏ ਤਾਂ ਇੰਨਾ ਗਰੀਬ ਪਰਿਵਾਰ ਸੀਗਾ ਕਿ ਘਰੇ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਸੀ ਹੁੰਦੇ, ਕੱਪੜੇ ਪਾਉਣ ਜੋਗੇ ਵੀ ਪੈਸੇ ਨਹੀਂ ਸੀ ਹੁੰਦੇ ਗੇ, ਬਹੁਤ ਜ਼ਿਆਦਾ ਗਰੀਬ ਹਾਲਾਤ ਦੇ ਵਿੱਚ ਪਰਿਵਾਰ ਸੀਗਾ। ਅਤੇ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ, ਗੁਰੂ ਤੇਗ ਬਹਾਦਰ ਜੀ ਦੇ ਵੇਲੇ ਇਹ ਪਰਿਵਾਰ ਇੰਨਾ ਤਕੜਾ ਹੋ ਗਿਆ ਸੀਗਾ ਕਿ ਇਹਨਾਂ ਦੇ ਬਹੁਤ ਵੱਡੇ ਵੱਡੇ ਮਹਿਲ, ਬਹੁਤ ਵੱਡੇ ਵੱਡੇ ਮਤਲਬ ਕਿ ਕਾਰੋਬਾਰ ਸੀ ਇਹਨਾਂ ਦੇ, ਆਲੀਸ਼ਾਨ ਕਾਰੋਬਾਰ ਸੀ ਇਹਨਾਂ ਦੇ। ਅਤੇ ਇਹ ਕਿਸ ਤਰ੍ਹਾਂ ਹੋਇਆ, ਸਾਰਾ ਸੰਦਰਭ ਕਿਸ ਤਰ੍ਹਾਂ ਵਾਪਰਿਆ, ਅੱਜ ਉਹਦੇ ਬਾਰੇ ਆਪਾਂ ਨਾ ਪੂਰੀ ਗੱਲਬਾਤ ਕਰਾਂਗੇ। ਤਾਂ ਇਹ ਜਿਹੜਾ ਵੀ ਕਹਾਣੀ ਸ਼ੁਰੂ ਹੁੰਦੀ ਹੈਗੀ ਗੁਰੂ ਤੇਗ ਬਹਾਦਰ, ਗੁਰੂ ਰਾਮਦਾਸ ਜੀ ਦੇ ਵੇਲੇ, ਚੌਥੇ ਪਾਤਸ਼ਾਹ ਦੇ ਵੇਲੇ, ਉਸ ਸਮੇਂ ਤੋਂ ਇਹ ਪਰਿਵਾਰ ਜਿਹੜਾ ਗਾ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਗਾ। ਅਤੇ ਦੱਸਿਆ ਜਾ ਰਿਹਾ ਹੈਗਾ ਕਿ ਮਾਲਵੇ ਦੇ ਪਿੰਡ ਆਲੋਵਾਲ ਤੋਂ ਇੱਕ ਜਥਾ ਤੁਰਦਾ ਗਾ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਅੰਮ੍ਰਿਤਸਰ ਸਾਹਿਬ ਨੂੰ, ਗੁਰੂ ਰਾਮਦਾਸ ਜੀ ਵੱਲ। ਤਾਂ ਇਹ ਬਈ ਜਿਹੜਾ ਜਥਾ ਗਾ ਇਹਦੇ ਵਿੱਚ ਇੱਕ ਬਜ਼ੁਰਗ ਸਿੱਖ ਸੀਗਾ, ਬਜ਼ੁਰਗ ਆਪਦੀ ਉਮਰ ਦੇ ਪਿਛਲੇ ਦਿਨਾਂ ਦੇ ਵਿੱਚ, ਜਿਹੜਾ ਹੁੰਦਾ ਨਾ ਬਜ਼ੁਰਗ, ਬਹੁਤ ਬਜ਼ੁਰਗੀ ਹਾਲਤ ਦੇ ਵਿੱਚ ਸੀਗਾ, ਅਤੇ ਇਹ ਬਜ਼ੁਰਗ ਵੀ ਉਹ ਜਥੇ ਦੇ ਨਾਲ ਸੀਗਾ। ਆਪਦੇ ਮਨ ਦੇ ਵਿੱਚ ਬਹੁਤ ਇੱਛਾਵਾਂ ਹੁੰਦੀਆਂ ਕਿ ਮੈਂ ਗੁਰੂ ਘਰ ਜਾ ਕੇ ਗੁਰੂ ਸਾਹਿਬ ਤੋਂ ਆਹ ਚੀਜ਼ ਮੰਗਾਂਗਾ, ਆਹ ਚੀਜ਼ ਮੰਗਾਂਗਾ, ਆਪਦੇ ਘਰ ਬਾਰ ਵਾਸਤੇ ਮੰਗਾਂਗਾ, ਜਿਸ ਤਰ੍ਹਾਂ ਆਪਾਂ ਸਾਰੇ ਕਰਦੇ ਹਾਂ, ਕਿਤੇ ਮੱਥਾ ਟੇਕਣ ਜਾਂਦੇ ਹਾਂ ਨਾ, ਆਪਣੀ ਇੱਛਾ ਹੁੰਦੀਆਂ, ਹਰੇਕ ਬੰਦੇ ਦੇ ਦਿਮਾਗ ਦੇ ਵਿੱਚ, ਆਪਣੇ ਦਿਲ ਦੇ ਵਿੱਚ ਇੱਛਾ ਹੁੰਦੀ ਹੈ ਕਿ ਆਪਦੇ ਘਰ ਵਾਸਤੇ, ਆਪਦੀ ਗ੍ਰਹਿਸਥੀ ਵਾਸਤੇ ਨਾ ਹਰੇਕ ਚੀਜ਼ ਮੰਗਦਾ। ਤਾਂ ਇਹ ਬਈ ਇਹ ਵੀ ਸਿੱਖ ਗਿਆ ਜਥੇ ਦੇ ਨਾਲ, ਬਹੁਤ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਸੀ, ਮੈਲੇ ਕਚਾਲੀ ਲੱਥੜੇ, ਹੈ ਨਾ, ਜਿਸ ਤਰ੍ਹਾਂ ਘਰ ਦੇ ਵਿੱਚ ਇਹਦੇ ਹਾਲਾਤ ਸੀ, ਗਰੀਬੀ ਦੇ ਹਾਲਾਤ ਸੀ ਉਸ ਤਰੀਕੇ ਦੇ ਨਾਲ। ਤਾਂ ਜਦੋਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਬਈ ਜਾਂਦੇ ਨੇ ਇਹ, ਤਾਂ ਉੱਥੇ ਮਤਲਬ ਕਿ ਲਾਈਨ ਲੱਗੀ ਹੁੰਦੀ ਹੈਗੀ ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਜਿਸ ਤਰ੍ਹਾਂ ਸੰਗਤਾਂ ਜਾਂਦੀਆਂ ਨੇ, ਦਰਸ਼ਨ ਕਰਦੀਆਂ ਨੇ ਹੌਲੀ ਹੌਲੀ, ਹੈ ਨਾ, ਬਚਨ ਬਿਲਾਸ ਕਰਦੀਆਂ ਨੇ ਗੁਰੂ ਸਾਹਿਬ ਦੇ ਨਾਲ, ਤਾਂ ਹੌਲੀ ਹੌਲੀ ਜਾਂਦੇ ਦਿਨ ਢਲਣ ਲੱਗ ਜਾਂਦਾ ਗਾ, ਦਿਨ ਢਲਦੇ ਢਲਦੇ ਇਹਨਾਂ ਦੀ ਵਾਰੀ ਆਉਂਦੀ ਹੈ ਇਸ ਗੁਰਸਿੱਖ ਦੀ, ਜਿਹੜੇ ਕਿ ਬਹੁਤ ਗਰੀਬ ਹੁੰਦੇ ਆ ਬਜ਼ੁਰਗ। ਤਾਂ ਜਿਸ ਤਰ੍ਹਾਂ ਕੋਲ ਜਾਂਦੇ ਨਾ ਬਈ, ਗੁਰੂ ਘਰ ਦੀਆਂ ਅਜਿਹੀਆਂ ਵਾਈਬ੍ਰੇਸ਼ਨ ਹੁੰਦੀਆਂ, ਤੁਸੀਂ ਆਪ ਵੀ ਮਹਿਸੂਸ ਕਰਿਓ ਕਿ ਆਪਾਂ ਨੂੰ ਸ਼ਾਂਤੀ ਆਉਣ ਲੱਗ ਜਾਂਦੀ ਹੈਗੀ ਗੁਰੂ ਘਰ ਜਾ ਕੇ। ਹਾਂ ਬਿਲਕੁਲ, ਮਨ ਸ਼ਾਂਤ ਹੋ ਜਾਂਦਾ ਗਾ। ਕਈ ਵਾਰ ਤਾਂ ਐਂ ਹੁੰਦਾ ਗਾ ਕਿ ਆਪਾਂ ਕੁਛ ਵੀ ਨਾ ਮੰਗੇ, ਬਸ ਦਰਸ਼ਨ ਕਰ ਲਈਏ ਚੱਲ ਗਏ। ਕਈ ਐਡੇ ਮਤਲਬ ਕਿ ਐਡੀਆਂ ਤਕੜੀਆਂ ਵਾਈਬ੍ਰੇਸ਼ਨ ਹੁੰਦੀਆਂ ਉੱਥੇ। ਤਾਂ ਇਹ ਬਈ ਸਿੱਖ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਨਾਲ ਕੋਲ ਕੋਲ ਹੁੰਦਾ ਰਿਹਾ, ਅਤੇ ਉਵੇਂ ਉਵੇਂ ਇਹਨਾਂ ਦੀਆਂ ਜਿਹੜੀਆਂ ਆਪਦੀਆਂ ਦਿਲ ਦੀਆਂ ਇੱਛਾਵਾਂ ਸੀ, ਜਿਸ ਤਰ੍ਹਾਂ ਵਿਚਾਰ ਸੀ, ਬੁਣ ਕੇ ਲਿਆਇਆ ਸੀਗਾ ਆਪਦੇ ਘਰ ਵਾਸਤੇ, ਉਹ ਸਾਰੇ ਵੀ ਹੌਲੀ ਹੌਲੀ ਮਤਲਬ ਕਿ ਤ੍ਰਿਪਤ ਹੁੰਦੇ ਗਏ। ਕਿਉਂ ਤ੍ਰਿਪਤ ਹੁੰਦੇ ਗਏ? ਕਿਉਂਕਿ ਇਹਦਾ ਮਨ ਸ਼ਾਂਤ ਹੁੰਦਾ ਗਿਆ ਇਹ ਗੁਰਸਿੱਖ ਦਾ। ਤਾਂ ਬਈ ਜਿਸ ਤਰ੍ਹਾਂ ਗੁਰੂ ਸਾਹਿਬ ਨੂੰ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਵਾਰੀ ਆਉਂਦੀ ਇਹਨਾਂ ਦੀ, ਗੁਰੂ ਸਾਹਿਬ ਨੂੰ ਮਿਲਦਾ ਗਾ, ਬਚਨ ਬਲਾਸ ਕਰਦਾ, ਤਾਂ ਬਿਲਕੁਲ ਮਨ ਸ਼ਾਂਤ ਹੋ ਜਾਂਦਾ ਇਹਨਾਂ ਦਾ।
ਤੇ ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਤੋਂ ਪੁੱਛਦੇ ਨੇ ਵੀ ਤੁਸੀਂ ਬਹੁਤ ਟਾਈਮ ਤੋਂ ਹਨਾ ਜਿਸ ਤਰ੍ਹਾਂ ਸਾਰੇ ਜਥਾ ਬਹੁਤ ਟਾਈਮ ਦਾ ਖੜਾ ਗਾ ਤੇ ਦਰਸ਼ਨ ਕਰਕੇ ਚੱਲ ਜਾਂਦੇ ਨੇ ਮੁੜਨ ਲੱਗਦੇ ਨੇ ਤਾਂ ਗੁਰੂ ਸਾਹਿਬ ਕਹਿੰਦੇ ਤੁਸੀਂ ਕੁਛ ਮੰਗਣਾ ਨੀ ਗਾ ਤਾਂ ਇਹ ਕਹਿੰਦੇ ਨਹੀਂ ਜੀ ਮਤਲਬ ਕਿ ਮੈਂ ਤ੍ਰਿਪਤ ਹੋ ਗਿਆ ਹਨਾ ਤੁਹਾਡੇ ਦਰਸ਼ਨ ਕਰਕੇ ਗੁਰੂ ਸਾਹਿਬ ਹਰੇਕ ਤੋਂ ਤਿੰਨ ਵਾਰ ਬਚਨ ਕਰਦੇ ਹੁੰਦੇ ਸੀਗੇ ਵੀ ਕੁਛ ਮੰਗਣ ਵਾਸਤੇ ਤਿੰਨ ਮਤਲਬ ਕਿ ਮੌਕੇ ਦਿੱਤੇ ਹੁੰਦੇ ਸੀਗੇ ਤਾਂ ਇਹਨਾਂ ਤੋਂ ਦੂਰੀ ਵਾਰ ਫਿਰ ਪੁੱਛਿਆ ਵੀ ਕੁਛ ਤੁਸੀਂ ਮੰਗਣਾ ਤਾਂ ਦੱਸੋ ਤੁਸੀਂ ਬਹੁਤ ਦੂਰ ਆਏ ਹਨਾ ਤਾਂ ਇਹ ਕਹਿੰਦੀ ਫਿਰ ਇਹ ਗੁਰਸਿੱਖ ਨੇ ਇਹੀ ਕਿਹਾ ਕਿ ਮੈਂ ਮੈਨੂੰ ਕੁਛ ਨਹੀਂ ਚਾਹੀਦਾ ਤੁਹਾਡੇ ਵਾਰ ਦਰਸ਼ਨ ਹੋ ਗਏ ਮੈਂ ਬਸ ਹੁਣ ਜਾਣਾ ਗਾ ਤੇ ਜਦੋਂ ਗੁਰੂ ਸਾਹਿਬ ਬਈ ਤੀਸਰੀ ਵਾਰ ਪੁੱਛਦੇ ਨੇ ਇਹਨਾਂ ਤੋਂ ਜ਼ੋਰ ਦੇ ਕੇ ਪੁੱਛਦੇ ਨੇ ਕਿ ਤੁਸੀਂ ਮੰਗੋ ਤੁਸੀਂ ਬਹੁਤ ਟਾਈਮ ਤੋਂ ਖੜੇ ਹੋ ਤਾਂ ਉਦੋਂ ਇਹਨਾਂ ਨੇ ਇੱਕ ਇੱਛਾ ਮੰਗੀ ਸੀਗੀ ਕਿ ਮੈਂ ਆਪਦੀ ਉਮਰ ਦੇ ਆਖਰੀ ਪੜਾਅ ਤੇ ਹਨਾ ਇਸ ਵਕਤ ਤੇ ਮੈਨੂੰ ਨੀ ਪਤਾ ਮੈਂ ਕੱਲ ਹੋਵਾਂ ਜਾਂ ਨਾ ਹੋਵਾਂ ਮੈਂ ਤੁਹਾਨੂੰ ਆਪਦੇ ਘਰ ਹਨਾ ਸੱਦਣਾ ਚਾਹੁੰਦਾ ਗਾ ਤਾਂ ਗੁਰੂ ਸਾਹਿਬ ਕਹਿੰਦੇ ਕਿ ਅਸੀਂ ਤੁਹਾਡੇ ਘਰ ਆਵਾਂਗੇ ਸਾਨੂੰ ਪ੍ਰਸ਼ਾਦਾ ਛਕਾਉਂਗੇ ਕਹਿੰਦੇ ਤੁਹਾਡੇ ਵਾਸਤੇ ਪ੍ਰਬੰਧ ਕਰ ਦਾਂਗੇ ਹਨਾ ਤੁਹਾਨੂੰ ਪ੍ਰਸ਼ਾਦਾ ਵੀ ਛਕਾਵਾਂਗੇ ਅਸੀਂ ਤਾਂ ਗੁਰੂ ਸਾਹਿਬ ਬਾਅਦ 'ਚ ਫਿਰ ਇਹ ਪੁੱਛਦਾ ਦੁਬਾਰਾ ਪੁੱਛਦਾ ਕਿ ਤੁਸੀਂ ਇਕੱਲੇ ਆਉਂਗੇ ਗੁਰੂ ਸਾਹਿਬ ਕਹਿੰਦੇ ਕਿ ਅਸੀਂ 30 ਜਾਂ 40 ਸਿੰਘ ਮੇਰੇ ਨਾਲ ਹੋਰ ਵੀ ਹੋਣਗੇ ਤਾਂ ਇਹ ਕਹਿੰਦਾ ਇਹ ਗੁਰਸਿੱਖ ਕਹਿੰਦਾ ਜਿਸ ਤਰ੍ਹਾਂ ਇਹਦੇ ਦਿਮਾਗ ਵਿੱਚੋਂ ਇਹਦੀ ਜ਼ੁਬਾਨ ਦੇ ਵਿੱਚੋਂ ਇੱਕ ਅਜਿਹੀ ਆਪੀ ਗੱਲ ਨਿਕਲੀ ਬਈ ਬਿਨਾਂ ਕੋਈ ਹਨਾ ਸੋਚ ਵਿਚਾਰ ਤੋਂ ਆਪੀ ਸਿੱਧੀ ਜਿਹੀ ਗੱਲ ਨਿਕਲੀ ਜਿਸ ਤਰ੍ਹਾਂ ਆਪਾਂ ਵੀ ਕਰਦੇ ਹਨਾ ਕਿ ਬਾਬਾ ਜੀ ਫਿਰ ਜੇ ਤੁਸੀਂ 30-40 ਸਿੰਘਾਂ ਦੇ ਨਾਲ ਆਉਂਗੇ ਫਿਰ ਕਹਿੰਦੇ ਤੁਸੀਂ ਰਹਿ ਨਹੀਂ ਦਿਓ ਕਹਿੰਦਾ ਮੈਂ ਮੇਰਾ ਘਰ ਬਹੁਤ ਗਰੀਬ ਹੈ ਹਨਾ ਇਸ ਵਕਤ ਮੈਂ ਤੁਹਾਡੇ ਵਾਸਤੇ ਤਾਂ ਪ੍ਰਬੰਧ ਕਰ ਸਕਦਾ ਗਾ ਪਰ ਇਸ ਵਕਤ ਜਿਹੜੇ ਮੇਰੇ ਘਰ ਦੇ ਹਾਲਾਤ ਆ ਨਾ ਮੈਂ 30-40 ਸਿੰਘਾਂ ਵਾਸਤੇ ਭੋਜਨ ਤਿਆਰ ਨਹੀਂ ਕਰ ਸਕਦਾ ਤਾਂ ਗੁਰੂ ਸਾਹਿਬ ਕਹਿੰਦੇ ਜਦੋਂ ਅਸੀਂ ਆਵਾਂਗੇ ਨਾ ਉਦੋਂ ਤੁਹਾਡਾ ਮਹਿਲ ਹੋਏਗਾ ਤੁਹਾਡੇ ਬਹੁਤ ਸਾਰੇ ਬਾਗ ਹੋਣਗੇ ਤੁਹਾਡਾ ਕਾਰੋਬਾਰ ਬਹੁਤ ਤਕੜਾ ਹੋਏਗਾ ਅਸੀਂ ਉਦੋਂ ਆਵਾਂਗੇ ਉਦੋਂ ਫਿਰ ਹੁਣ ਤਾਂ ਤੂੰ 30-40 ਸਿੰਘਾਂ ਦੇ ਵਾਸਤੇ ਕਰਦਾ ਨਾ ਕਹਿੰਦਾ ਉਦੋਂ ਭਾਵੇਂ ਤੇਰੇ ਕੋਲ 300 ਜਾਂ 400 ਵੀ ਸਿੰਘ ਆ ਜਾਣ ਨਾ ਤੂੰ ਦੂਰੀ ਵਾਰ ਸੋਚਣਾ ਨੀਗਾ ਵੀ ਮੈਂ ਇਹਨਾਂ ਨੂੰ ਛਕਾਵਾਂ ਜਾਂ ਨਾ ਛਕਾਵਾਂ ਤੇਰੇ ਕੋਲ ਇੰਨਾ ਧਨ ਪਦਾਰਥ ਹੋਏਗਾ ਹਨਾ ਵੀ ਉਹ ਇਹਨੂੰ ਮਾਲੋ ਮਾਲ ਕਰਤਾ ਉਹਨਾਂ ਨੂੰ ਇੱਕ ਵਾਰ ਦਿੱਤਾ ਸੀ ਜਾਂਦੇ ਜਾਂਦੇ ਹੋਇਆਂ ਨੂੰ ਤੇ ਬਈ ਇਹ ਗੱਲ ਜਿਹੜੀ ਕਿ ਉਸ ਤੋਂ 80-85 ਸਾਲ ਬਾਅਦ ਇਹ ਆਉਂਦੀ ਹੈ ਹੁਣ ਉਹਨਾਂ ਦੀ ਚੌਥੀ ਪੀੜ੍ਹੀ 'ਤੇ ਇਹ ਜਿਹੜੀ ਚੌਥੀ ਪੀੜ੍ਹੀ ਹੈਗੀ ਇਹ ਉਸ ਆਪਦੇ ਸ਼ਹਿਰ ਦੇ ਵਿੱਚ ਵੱਡੇ 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 ਮੰਨੇ ਪਰਮੰਨੇ ਲੋਕਾਂ ਦੇ ਵਿੱਚ ਇਹਨਾਂ ਦਾ ਨਾਮ ਆਉਣ ਲੱਗ ਗਿਆ ਸੀਗਾ 100-100 ਕਿੱਲੇ ਤੱਕ ਦੇ ਨਾ ਜਿਹੜੇ ਬਾਗ ਸੀਗੇ ਲਾਗੇ ਵੱਡੇ ਵੱਡੇ ਫਲਾਂ ਦੇ ਬਾਗ ਤੇ ਜਿਹੜੇ ਬਈ ਇਹਨਾਂ ਦੇ ਘਰੋਂ ਜਿਹੜੇ ਨੌਕਰ ਵੀ ਸੀ ਨਾ ਉਹ ਵੀ ਬਹੁਤ ਮਾਲਾਮਾਲ ਸੀਗੇ ਵਧੀਆ ਉਹਨਾਂ ਨੂੰ ਮਤਲਬ ਕਿ ਖਾਣਾ ਪਾਣੀ ਮਿਲਦਾ ਸੀਗਾ ਵਧੀਆ ਉਹਨਾਂ ਦੇ ਤਰੱਕੀਆਂ ਹੁੰਦੀਆਂ ਸੀਗੀਆਂ ਉਹਨਾਂ ਨੌਕਰਾਂ ਦੀਆਂ ਵੀ ਇਹਨਾਂ ਸ਼ਾਹੂਕਾਰ ਵੀ ਦੱਸੇ ਜਾਂਦੇ ਉਹਨਾਂ ਦੀ ਵੀ ਅੱਡ ਕਾਰੋਬਾਰ ਹੋਣ ਲੱਗ ਗਏ ਸੀਗੇ ਮਤਲਬ ਕਿ ਇੰਨਾ ਇਹ ਪਰਿਵਾਰ ਜਿਹੜਾ ਧਨਵਾਨ ਹੋ ਗਿਆ ਸੀਗਾ ਪਰ ਜਿਹੜੇ ਇਹਨਾਂ ਦੇ ਪੋਤੇ ਪੜਪੋਤਰੇ ਸੀਗੇ ਗਾਂ ਉਹਨਾਂ ਨੇ ਇਹ ਉਡੀਕ ਜਾਰੀ ਰੱਖੀ ਸੀਗੀ ਕਿ ਗੁਰੂ ਸਾਹਿਬ ਆਉਣਗੇ ਸਾਡੇ ਘਰ ਚਰਨ ਪਾਉਣਗੇ ਹਾਂ ਕਿਉਂਕਿ ਉਹਨਾਂ ਨੇ ਉਸ ਬਜ਼ੁਰਗ ਦੇ ਨਾਲ ਵਚਨ ਕੀਤਾ ਸੀ ਨਾ ਕਿ ਜਦੋਂ ਅਸੀਂ ਆਵਾਂਗੇ ਉਦੋਂ ਤੁਸੀਂ ਵੀ ਨਹੀਂ ਹੋਣਾ ਸਰੀਰਕ ਤੌਰ ਤੇ ਅਸੀਂ ਵੀ ਨਹੀਂ ਹੋਣਾ ਪਰ ਅਸੀਂ ਇਸ ਜਾਮੇ ਦੇ ਵਿੱਚ ਅਸੀਂ 9ਵੇਂ ਜਾਮੇ ਦੇ ਵਿੱਚ ਤੁਹਾਡੇ ਘਰੇ ਆਵਾਂਗੇ ਉਦੋਂ ਅਸੀਂ ਕੀਰਤਨ ਵੀ ਕਰਾਂਗੇ ਤੇ ਉਦੋਂ ਤੁਹਾਡੇ ਘਰੇ ਰਹਾਂਗੇ ਵੀ ਉਹ ਵਾਲੀ ਜਿਹੜੀ ਉਡੀਕ ਸੀ ਨਾ ਬਈ ਉਹ ਫਿਰ ਇਸ ਪੀੜ੍ਹੀ ਨੇ ਹਲੇ ਤੱਕ ਬਰਕਰਾਰ ਰੱਖੀ ਸੀਗੀ ਬਹੁਤ ਸੇਵਾ ਭਾਵਨਾ ਕਰਦੀ ਸੀ ਇਹ ਪਰਿਵਾਰ ਸ਼ੁਰੂ ਤੋਂ ਹੀ ਤੇ ਇਹਨਾਂ ਦੇ ਵਿੱਚ ਇਹੀ ਉਡੀਕ ਸੀ ਕਿ ਗੁਰੂ ਸਾਹਿਬ ਸਾਡੇ ਘਰੇ ਆਉਣਗੇ ਕਦੇ ਨਾ ਕਦੇ ਲਾਜ਼ਮੀ ਆਉਣਗੇ ਤਾਂ ਕਰਕੇ ਇਹ ਕਦੇ ਵੀ ਕਿਸੇ ਨੂੰ ਭੁੱਖਾ ਨਹੀਂ ਸੀ ਜਾਣ ਦਿੰਦੇ ਇਹਨਾਂ ਦੇ ਘਰੋਂ ਜਦੋਂ ਬਈ ਇਹੋ ਉਡੀਕ ਫਿਰ ਪੂਰੀ ਹੁੰਦੀ ਹੈਗੀ ਇਹਨਾਂ ਦਾ ਜਿਹੜਾ ਪੜਪੋਤਰਾ ਨਾ ਉਸ ਗੁਰਸਿੱਖ ਦਾ ਉਹ ਪੜਪੋਤਰਾ ਉਸ ਉਡੀਕ ਨੂੰ ਲਗਾਤਾਰ ਆਪਦੇ ਨਾਲ ਰੱਖਦਾ ਗਾ ਕਿ ਕਦੇ ਵੀ ਆ ਸਕਦੇ ਨੇ ਉਹ ਤਿਆਰ ਬਰ ਤਿਆਰ ਰਹਿੰਦਾ ਸੀ ਇਹਨਾਂ ਦਾ ਪਰਿਵਾਰ ਹਮੇਸ਼ਾ ਦੀ ਤਰ੍ਹਾਂ ਤੇ ਜਦੋਂ ਇੱਕ ਵਾਰ ਫਿਰ ਇਹਨਾਂ ਦੇ ਨੌਕਰ ਨੇ ਇਹਨਾਂ ਨੂੰ ਆ ਕੇ ਗੱਲ ਦੱਸੀ ਇੱਕ ਦਿਨ ਕਿ ਗੁਰੂ ਸਾਹਿਬ ਆ ਰਹੇ ਨੇ ਇਹਨਾਂ ਦੇ ਵੀ ਖੁਸ਼ੀ ਦਾ ਕੋਈ ਟਿਕਾਣਾ ਰਿਹਾ ਕਿਉਂਕਿ ਇੰਨੇ ਚਿਰ ਦੀ ਲਗਾਤਾਰ ਉਡੀਕ ਅੱਜ ਪੂਰੀ ਹੋਣ ਜਾ ਰਹੀ ਸੀ ਟੋਡਰ ਮੱਲ ਜੀ ਦੀ ਉਹ ਪੜਪੋਤਰਾ ਸੀਗਾ ਉਹਨਾਂ ਦਾ ਟੋਡਰ ਮੱਲ ਜੀ ਉਹਨਾਂ ਦੀ ਉਡੀਕ ਅੱਜ ਪੂਰੀ ਹੋਣ ਲੱਗੀ ਸੀਗੀ ਤਾਂ ਜਦੋਂ ਬਈ ਇਹ ਫਿਰ ਇੰਨੀ ਖੁਸ਼ੀ ਦੇ ਮਾਰਾ ਇਹ ਨਾ ਮਤਲਬ ਕਿ ਆਪਦੇ ਸ਼ਹਿਰ ਦੀ ਹੱਦ ਤੱਕ ਹੀ ਉਹਨਾਂ ਨੂੰ ਲੈਣ ਚਲਾ ਜਾਂਦਾ ਗਾ
ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਪਟਿਆਲਾ ਤੋਂ ਆ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਮਿਲਣ ਦੇ ਵਾਸਤੇ ਉਹਨਾਂ ਨੂੰ ਲਿਜਾਣ ਵਾਸਤੇ ਇਹ ਹੱਦ ਤੇ ਚਲਾ ਜਾਂਦਾ ਸ਼ਹਿਰ ਟੋਡਰਮੱਲ ਜੀ ਤਾਂ ਉਹਨਾਂ ਨੂੰ ਲੈ ਕੇ ਆਉਂਦੇ ਨੇ ਘਰੇ ਲੈ ਕੇ ਆਉਂਦੇ ਨੇ ਸੇਵਾ ਭਾਵਨਾ ਕਰਦੇ ਨੇ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ 30-40 ਸਿੰਘ ਹੁੰਦੇ ਨੇ ਉਦੋਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਪਹਿਲਾਂ ਬਚਨ ਕੀਤਾ ਸੀਗਾ ਉਹ 30-40 ਸਿੰਘ ਇਹਨਾਂ ਦੇ ਨਾਲ ਹੁੰਦੇ ਨੇ ਭੋਜਨ ਪਾਣੀ ਛਕਾਉਂਦੇ ਨੇ ਰਾਤ ਨੂੰ ਉੱਥੇ ਠਹਿਰਦੇ ਨੇ ਗੁਰੂ ਤੇਗ ਬਹਾਦਰ ਜੀ ਤਾਂ ਸਵੇਰ ਅਗਲੇ ਦਿਨ ਕੀਰਤਨ ਵੀ ਹੁੰਦਾ ਬਈ ਸਾਰਾ ਦਿਨ ਘਰ ਦੇ ਵਿੱਚ ਉਸ ਮਹਿਲ ਦੇ ਵਿੱਚ ਟੋਡਰਮੱਲ ਜੀ ਦੇ ਮਹਿਲ ਦੇ ਵਿੱਚ ਕੀਰਤਨ ਹੁੰਦਾ ਗੁਰੂ ਸਾਹਿਬ ਕੀਰਤਨ ਕਰਦੇ ਨੇ ਤਾਂ ਜਦੋਂ ਗੁਰੂ ਸਾਹਿਬ ਜਾਣ ਲੱਗਦੇ ਨੇ ਵਾਪਸ ਜਾਣ ਲੱਗਦੇ ਨੇ ਤਾਂ ਟੋਡਰਮੱਲ ਜੀ ਇੱਕ ਦੁਸ਼ਾਲਾ ਅਤੇ ਇੱਕ ਜਿਹੜਾ ਅਸ਼ਰਫੀਆਂ ਦਾ ਥਾਲ ਨਾ ਮੋਹਰਾਂ ਦਾ ਥਾਲ ਭਰ ਕੇ ਉਹਨਾਂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿੰਦੇ ਨੇ ਭੇਂਟ ਕਰਦੇ ਨੇ ਅਤੇ ਇੱਕ ਨਜ਼ਰਾਨੇ ਤੌਰ 'ਤੇ ਅਤੇ ਜਿਹੜੇ ਗੁਰੂ ਸਾਹਿਬ ਨੇ ਉਹ ਇੱਕ ਦੁਸ਼ਾਲਾ ਚੱਕ ਲੈਂਦੇ ਨੇ ਅਤੇ ਜਿਹੜੀ ਥਾਲ ਹੈਗਾ ਉਹ ਮੋੜ ਦਿੰਦੇ ਨੇ ਕਹਿੰਦੇ ਥਾਲ ਹਾਲੇ ਘੱਟ ਹੈ ਮੋਹਰਾਂ ਹਾਲੇ ਘੱਟ ਹੈ ਤਾਂ ਉਹ ਕਹਿੰਦੇ ਇੱਕ ਫਿਰ ਹੋਰ ਥਾਲ ਚੱਕ ਲਿਆਉਂਦਾ ਉਹ ਮੰਗਵਾ ਲਿਆਉਂਦਾ ਗਾ ਦੋ ਥਾਲ ਹਵਾਲੇ ਕਰ ਦਿੰਦੇ ਨੇ ਗੁਰੂ ਸਾਹਿਬ ਕਹਿੰਦੇ ਇਹ ਵੀ ਹਾਲੇ ਵੀ ਘੱਟ ਹੈ ਉਹ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਵੀ ਜੋ ਤੁਸੀਂ ਦਿੱਤਾ ਹੈ ਨਾ ਬਹੁਤ ਸਤਿਕਾਰ ਨਾਲ ਬਹੁਤ ਨਿਮਰਤਾ ਨਾਲ ਕਹਿੰਦੇ ਨੇ ਕਿ ਜੋ ਵੀ ਤੁਸੀਂ ਅੱਜ ਤੱਕ ਦਿੱਤਾ ਉਹ ਤੁਹਾਡੀ ਬਦੌਲਤੀ ਹੈ ਜੋ ਵੀ ਤੁਸੀਂ ਸਾਨੂੰ ਸਾਡੇ ਨਾਲ ਇੰਨੇ ਪ੍ਰੰਗ ਭਾਗ ਲਏ ਉਹ ਤੁਹਾਡੀ ਬਦੌਲਤ ਹੈਗੀ ਪਰ ਇਸ ਵਕਤ ਤੁਸੀਂ ਜਿੰਨੇ ਵੀ ਤੁਸੀਂ ਕਹਿੰਦੇ ਹੋ ਅਸੀਂ ਸਾਰਾ ਆਪਦਾ ਘਰ ਬਾਰ ਸਾਰਾ ਕੁਛ ਮਹਿਲ ਮਾੜੀਆਂ ਜਿੰਨਾ ਵੀ ਸਾਡਾ ਕਾਰੋਬਾਰ ਸਾਰਾ ਵੇਚ ਦਿੰਦੇ ਹਾਂ ਤੁਸੀਂ ਦੱਸੋ ਕਿੰਨਾ ਹਨਾ ਚਾਹੀਦਾ ਤੁਹਾਨੂੰ ਉਹ ਕਹਿੰਦੇ ਗੱਡਾ ਭਰ ਕੇ ਚਾਹੀਦਾ ਗਾ ਮੋਹਰਾਂ ਦਾ ਉਹ ਕਹਿੰਦੇ ਅਸੀਂ ਹੁਣੇ ਵੇਚ ਦਿੰਦੇ ਹੈਗੇ ਜੇ ਤੁਸੀਂ ਚਾਹੁੰਦੇ ਹੋ ਤਾਂ ਪਰ ਇਸ ਵਕਤ ਜੇ ਤੁਸੀਂ ਕਹਿੰਦੇ ਹੋ ਨਾ ਇਸ ਵਕਤ ਕਹਿੰਦੇ ਗੁਰੂ ਸਾਹਿਬ ਮੇਰੇ ਕੋਲ ਨਾ ਇੰਨੇ ਕੀ ਹਨਾ ਘਰ ਦੇ ਵਿੱਚ ਪਰ ਜੇ ਤੁਸੀਂ ਕਹਿੰਦੇ ਹੋ ਮੈਂ ਸਾਰਾ ਹੁਣੇ ਵੇਚ ਦਿੰਦਾ ਕਿਉਂਕਿ ਤੁਹਾਡੀ ਕਿਰਪਾ ਨਾਲ ਹੀ ਸਾਡਾ ਸਾਰਾ ਕੁਛ ਹੋਇਆ ਗੁਰੂ ਸਾਹਿਬ ਕਹਿੰਦੇ ਬਈ ਉਹਨਾਂ ਨੂੰ ਬਚਨ ਕੀਤਾ ਸੀਗਾ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਨੇ ਕਹਿੰਦੇ ਹੁਣ ਤੋਂ ਹੀ ਮੋਹਰਾਂ ਜੋੜਨੀਆਂ ਸ਼ੁਰੂ ਕਰ ਲਾ ਜਦੋਂ ਸਾਨੂੰ ਲੋੜ ਪਏਗੀ ਅਸੀਂ ਗੱਡਾ ਭਰ ਕੇ ਮੋਹਰਾਂ ਦਾ ਤੁਹਾਡੇ ਤੋਂ ਸੇਵਾ ਲੈ ਲੈਣੀ ਹੈ ਕਹਿੰਦੇ ਹੁਣ ਤੋਂ ਮੋਹਰਾਂ ਜੋੜਨ ਲੱਗ ਜਾਓ ਤਾਂ ਇਹ ਫਿਰ ਉਹਨਾਂ ਨੇ ਬਚਨ ਕੀਤਾ ਸੀਗਾ ਤੇ ਇਹ ਬਚਨ ਬਈ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਸਾਰਾ ਹਨਾ ਇਤਿਹਾਸ ਦੇ ਵਿੱਚ ਜਦੋਂ ਸ਼ਹੀਦੀਆਂ ਹੁੰਦੀਆਂ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ ਤਾਂ ਉਦੋਂ ਆਪਾਂ ਨੂੰ ਤਸਵੀਰਾਂ ਦੇ ਵਿੱਚ ਵੀ ਦਿਖਾਇਆ ਗਿਆ ਕਿ ਉਹ ਮੋਹਰਾਂ ਦੀ ਇੱਕ ਥੈਲੀ ਵਿਛਾ ਰਹੇ ਹੁੰਦੇ ਨੇ ਹਨਾ ਟੋਡਰਮੱਲ ਜੀ ਉਹਨਾਂ ਦੇ ਸੰਸਕਾਰ ਕਰਨ ਵਾਸਤੇ ਜੀ ਤਾਂ ਜਦੋਂ ਬਈ ਇਹਨਾਂ ਨੂੰ ਪਤਾ ਲੱਗਦਾ ਕਿ ਸ਼ਹੀਦੀ ਹੋਈ ਹੈ ਛੋਟੇ ਸਾਹਿਬਜ਼ਾਦਿਆਂ ਦੀ ਤਾਂ ਇਹ ਕੀ ਹੈ ਵੱਡਾ ਕਾਫੀ ਵੱਡਾ ਨਾਮ ਸੀ ਉਹਨਾਂ ਦਾ ਕਾਫੀ ਵੱਡਾ ਰੁਤਬਾ ਸੀ ਹਨਾ ਉਸ ਸਮੇਂ ਦੇ ਵਿੱਚ ਤੇ ਇਹ ਬਈ ਜਦੋਂ ਜਾਂਦੇ ਨੇ ਕਿਉਂਕਿ ਉਹਨਾਂ ਨੇ ਕੀ ਕੀਤਾ ਸੀ ਵਜ਼ੀਰ ਖਾਨ ਨੇ ਐਡਾ ਬੇਕਾਰ ਬੰਦਾ ਸੀ ਐਡਾ ਕਹਿਰਵਾਨ ਬੰਦਾ ਕਹਿ ਸਕਦੇ ਇਹਨੂੰ ਹੈਵਾਨ ਇਹਨੇ ਕੀ ਕੀਤਾ ਸੀ ਗੁਰੂ ਸਾਹਿਬ ਦੇ ਜਿਹੜੇ ਛੋਟੇ ਫਰਜ਼ੰਦ ਨੇ ਤੇ ਮਾਤਾ ਜਿਹੜੇ ਮਾਤਾ ਗੁਜਰੀ ਜੀ ਉਹਨਾਂ ਦੇ ਜਿਹੜੇ ਪਵਿੱਤਰ ਦੇਹਾਂ ਸੀ ਨਾ ਉਹਨਾਂ ਨੂੰ ਬਈ ਹਸਲਾ ਨਦੀ ਦੇ ਕਿਨਾਰੇ ਨਾ ਸੁੱਟਤਾ ਸੀਗਾ ਇਸ ਤਰ੍ਹਾਂ ਹੀ ਮਤਲਬ ਕਿ ਪਹਿਰਾ ਲਗਾਤਾ ਸੀਗਾ ਸਿਪਾਹੀਆਂ ਦਾ ਪਰ ਉਹਨਾਂ ਨੂੰ ਇਸ ਤਰੀਕੇ ਹੀ ਛੱਡਤਾ ਸੀ ਕਿ ਜਿਹੜੇ ਕੋਈ ਪੰਛੀ ਹੈ ਕੋਈ ਜਾਨਵਰ ਆ ਨੋਚ ਨੋਚ ਕੇ ਖਾ ਜਾਣਗੇ ਉਹ ਕਹਿੰਦਾ ਸੀ ਕਹਿੰਦਾ ਮੈਂ ਇਹ ਮੇਰੇ ਤੋਂ ਹਾਰੇ ਤਾਂ ਨਹੀਂ ਪਰ ਮੈਂ ਇਹ ਮਤਲਬ ਕਿ ਇਹਨਾਂ ਨੂੰ ਮਿੱਟੀ 'ਚ ਮਰਾਉਣਾ ਚਾਹੁੰਦਾ ਗਾ ਐਡੀ ਉਹਦੇ ਦਿਮਾਗ ਦੇ ਵਿੱਚ ਨਫ਼ਰਤ ਭਰੀ ਹੋਈ ਸੀਗੀ ਤਾਂ ਇਹਨੇ ਉੱਥੇ ਮਤਲਬ ਕਿ ਪਵਿੱਤਰ ਦੇਹਾਂ ਹੋਣਾ ਉੱਥੇ ਐਂ ਕਰਕੇ ਅਵਾਰਾ ਛੱਡਤਾ ਸੀਗਾ ਇਸ ਵਜ਼ੀਰ ਖਾਨ ਨੇ ਆਸੇ ਪਾਸੇ ਪਹਿਰਾ ਲਵਾਤਾ ਸੀਗਾ ਤਾਂ ਜੋ ਕੋਈ ਵੀ ਬੰਦਾ ਉਹਨਾਂ ਨੂੰ ਸੰਸਕਾਰ ਨਾ ਕਰ ਸਕੇ ਉਹਨਾਂ ਦਾ ਤਾਂ ਜਦੋਂ ਇਹ ਜਾਂਦਾ ਗਾ ਟੋਡਰਮੱਲ ਜੀ ਜਦੋਂ ਜਾਂਦੇ ਨੇ ਤਾਂ ਇਹ ਜਦੋਂ ਦੇਖਦੇ ਨੇ ਕਿ ਉੱਥੇ ਪਹਿਰਾ ਲੱਗਿਆ ਹੁੰਦਾ ਗਾ ਸਿਪਾਹੀਆਂ ਦਾ ਛੋਹਣ ਤੱਕ ਵੀ ਨਹੀਂ ਦਿੱਤਾ ਜਾਂਦਾ ਇਹਨਾਂ ਨੂੰ ਫਿਰ ਬਈ ਇਹ ਵੱਡਾ ਬੰਦਾ ਹੁੰਦਾ ਕਾਫੀ ਵੱਡੇ ਤਕੜਿਆਂ ਸ਼ਾਹੂਕਾਰਾਂ ਦੇ ਵਿੱਚ ਇਹਨਾਂ ਨਾਮ ਬੋਲਦਾ ਹੁੰਦਾ ਤਾਂ ਵੱਡੇ ਵੱਡੇ ਲੋਕਾਂ ਨੂੰ ਮਿਲ ਕੇ ਇਹਨਾਂ ਦੇ ਜਦੋਂ ਜਾਂਦਾ ਨਾ ਦਰਬਾਰ 'ਚ ਜਾਂਦਾ ਗਾ ਸੂਬਾ ਸਰਹੰਦ ਦੇ ਕੋਲੇ ਜਾਂਦਾ ਵਜ਼ੀਰ ਖਾਨ ਦੇ ਕੋਲੇ ਤੇ ਉੱਥੇ ਜਾ ਕੇ ਫਿਰ ਉਹਨਾਂ ਤੋਂ ਇਜਾਜ਼ਤ ਮੰਗਦਾ ਗਾ ਇਹਦੀ ਮਤਲਬ ਕਿ ਸੰਸਕਾਰ ਕਰਨ ਦੀ ਉਹ ਬਈ ਨਹੀਂ ਮੰਨਦਾ ਉਹ ਕਹਿੰਦਾ ਵੀ ਇਸ ਤਰ੍ਹਾਂ ਨਹੀਂ ਕਰਨਾ ਹਨਾ ਤੇ ਪਰ ਜਦੋਂ ਉਹ ਤਿੰਨ ਚਾਰ ਬੰਦੇ ਨੇ ਹੋਰ ਸਿਫਾਰਸ਼ਾਂ ਵਿੱਚ ਪਾਉਂਦਾ ਗਾ ਉਹ ਫਿਰ ਵੱਡੇ ਵੱਡੇ ਬੰਦਾਂ ਨਾਲ ਲੈ ਕੇ ਆਉਂਦਾ ਗਾ ਉਹ ਫਿਰ ਵਜ਼ੀਰ ਖਾਨ ਤੀਜਾ ਰਾਹ ਕੱਢਦਾ ਕਹਿੰਦਾ ਮੈਂ ਇਜਾਜ਼ਤ ਦੇ ਸਕਦਾ ਗਾ ਜੇ ਤੂੰ ਉਹ ਮੇਰੇ ਤੋਂ ਥਾਂ ਮੁੱਲ ਲੈ ਲਵੀਂ ਤੇ ਉਹ ਥਾਂ ਕਿਹੜੀ ਹੈਗੀ
ਉਹਦੇ ਵਿੱਚ ਕਹਿੰਦਾ ਤੂੰ ਅਸ਼ਰਫੀਆਂ ਜਿੰਨੀ ਥਾਂ 'ਤੇ ਅਸ਼ਰਫੀਆਂ ਰੱਖੇਗਾ ਨਾ ਓਨੀ ਓਨੀ ਥਾਂ ਤੇਰੀ ਹੋਏਗੀ। ਤਾਂ ਇਹ ਬਈ ਇਹਨੇ ਕੀ ਕੀਤਾ ਫਿਰ ਆਪਦਾ ਜਿੰਨਾ ਵੀ ਘਰ ਬਾਰ ਸੀਗਾ ਜਿੰਨਾ ਵੀ ਇਹਦੇ ਬਾਗ ਸੀ ਕਿਉਂਕਿ ਇਹ ਵੱਡਾ ਰਸੂਖਦਾਰ ਬੰਦਾ ਸੀਗਾ ਸਰਕਾਰ ਦੇ ਵੱਲੋਂ ਵੀ ਇਹਨੂੰ ਮਤਲਬ ਕਿ ਵਧੀਆ ਘੋੜ ਸਵਾਰ ਦਿੱਤੇ ਹੋਏ ਸੀਗੇ ਵਧੀਆ ਸਿਪਾਹੀ ਸੈਨਾ ਵੀ ਦਿੱਤੀ ਹੋਈ ਸੀਗੀ ਇਹਨਾਂ ਸਾਰਾ ਕੁਛ ਵੀ ਮੋੜਤਾ ਸਾਰੇ ਬਾਗ ਜਿੰਨੇ ਵੀ ਸੀ ਆਪਦੇ ਹੈ ਨਾ ਸਾਰਾ ਕਾਰੋਬਾਰ ਇਹ ਕਾਰੋਬਾਰ ਜਿੰਨਾ ਵੀ ਇਹਦੇ ਤਗੜਾ ਬਿਜ਼ਨਸ ਸੀ ਸਾਰਾ ਸੈਟਅਪ ਕੀਤਾ ਹੋਇਆ ਸਾਰਾ ਵੀ ਖੜੇ ਪੈਰੇ ਨੇ ਵੇਚਤਾ ਕੋਈ ਪਰਵਾਹ ਨਹੀਂ ਕੀਤੀ ਘਾਟੇ ਵਾਧੇ ਦੀ। ਇਹ ਵੀ ਦੱਸਿਆ ਜਾਂਦਾ ਕਿ ਇਹਨੇ ਬਾਹਰਲੇ ਮੁਲਕ ਤੋਂ ਵੀ ਅਸ਼ਰਫੀਆਂ ਲਿਆਂਦੀਆਂ ਸੀਗੀਆਂ ਕਿਉਂਕਿ ਇੱਥੇ ਉਸ ਸਮੇਂ ਕਹਿੰਦੇ ਖਤਮ ਹੋ ਗਈਆਂ ਸੀਗੀਆਂ ਕਿਉਂਕਿ ਇੰਨੀਆਂ ਅਸ਼ਰਫੀਆਂ ਉਦੋਂ ਮੌਜੂਦ ਨਹੀਂ ਸੀਗੀਆਂ ਕਿਸੇ ਦੇ ਕੋਲ ਵੀ ਇਹਨੇ ਤਾਂ ਕਰਕੇ ਬਾਹਰੋਂ ਵੀ ਇਹਨੂੰ ਵਪਾਰ ਕਰਨਾ ਪਿਆ ਜਿੰਨੀਆਂ ਵੀ ਲੈਂਦੀਆਂ ਇਹਦਾ ਭਰਾ ਸੀ ਨਾਗਰਮੱਲ ਟੋਡਰਮੱਲ ਜੀ ਅਤੇ ਨਾਗਰਮੱਲ ਜੀ ਇਹਨਾਂ ਦੋਨਾਂ ਨੇ ਜਿੰਨਾ ਵੀ ਆਪਦਾ ਬਿਜ਼ਨਸ ਸੀ ਨਾ ਬਈ ਸਾਰਾ ਖੜੇ ਪੈਰ ਵੇਚਦਾ ਅਤੇ ਇੱਕ ਗੱਡਾ ਭਰ ਕੇ ਮੋਹਰਾਂ ਦਾ ਉਹ ਲਿਆਂਦੀਆਂ ਅਤੇ ਉਹ ਦੱਸਿਆ ਜਾ ਰਿਹਾ ਕਿ ਜਿਹੜੀ ਇੱਕ ਮੋਹਰ ਬਈ ਇੱਕ ਤੋਲੇ ਦੀ ਸੀਗੀ ਇੱਕ ਮੋਹਰ ਦੀ ਇੱਕ ਮੋਹਰ ਉਦੋਂ ਇੱਕ ਤੋਲੇ ਦੀ ਸੀ ਪੂਰਾ ਪਿਓਰ ਸੋਨਾ ਸੀਗਾ ਅਤੇ ਇਹ 78,000 ਮੋਹਰਾਂ ਵਸਾਈਆਂ ਗਈਆਂ ਸੀ 12x12 ਸਕੇਅਰ ਫੀਟ ਉਹਦਾ ਦੱਸਿਆ ਜਾ ਰਿਹਾ ਹੈਗਾ ਕੋਈ ਇਤਿਹਾਸਕਾਰ 12x12 ਵੀ ਕਹਿੰਦੇ ਨੇ ਅਤੇ ਕਈਆਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਛੋਟੇ ਸਾਹਿਬਜ਼ਾਦਿਆਂ ਵਾਸਤੇ 2x2 meter ਦਾ ਅਤੇ ਜਿਹੜੇ ਮਾਤਾ ਗੁਜਰ ਕੌਰ ਜੀ ਉਹਨਾਂ ਵਾਸਤੇ 2x1.5 meter ਦਾ ਜਿਹੜਾ ਕੀ ਹੈ ਨਾ ਹਾਂ ਜਗ੍ਹਾ ਖਰੀਦੀ ਗਈ ਸੀਗੀ ਅਤੇ ਇਹ ਅੱਡ ਅੱਡ ਜ਼ਿਕਰ ਮਿਲਦੇ ਗਏ ਵੀ ਕੋਈ ਕਿਤੇ ਕਿੰਨੇ ਸਕੁਅਰ ਫਿੱਟ ਕਹਿੰਦਾ ਕੋਈ ਕਿੰਨੇ ਪਰ ਇਹੀ ਦੱਸਿਆ ਜਾ ਰਿਹਾ ਮੋਟਾ ਮੋਟਾ ਸਾਹਿਬ ਇਹੀ ਲਾ ਰਹੇ ਕਿ ਸਾਰੇ ਕਿ 11x11 ਦਾ ਸੀਗਾ ਸਕੁਅਰ ਫੀਟ ਦੇ ਵਿੱਚ 78,000 ਮੋਹਰਾਂ ਉਹਦੇ ਵਿੱਚ ਖੜੀਆਂ ਕੀਤੀਆਂ ਗਈਆਂ ਲੰਮੀਆਂ ਵੀ ਨਹੀਂ ਪੂਰੀਆਂ ਖੜੀਆਂ ਅਸ਼ਰਫੀ ਦੇ ਨਾਲ ਅਸ਼ਰਫੀ ਅਸ਼ਰਫੀ ਦੇ ਨਾਲ ਅਸ਼ਰਫੀ ਇਸ ਤਰੀਕੇ ਲਾਈਆਂ ਗਈਆਂ ਅਤੇ 780 ਕਿਲੋ ਸੋਨਾ ਸੀ ਬਈ ਅਤੇ 780 ਕਿਲੋ ਸੋਨਾ ਉਸ ਸਮੇਂ ਦੇ ਮੁਤਾਬਕ ਜੇ ਅੱਜ ਦੀ ਗੱਲ ਕਰੀਏ ਨਾ ਅੱਜ ਦੀ ਗੱਲ ਦੇ ਤੌਰ 'ਤੇ ਵੀ ਕਰੋੜਾਂ ਦੇ ਵਿੱਚ ਜਾਂਦੀ ਉਹਦੀ ਕੀਮਤ ਅਤੇ ਉਦੋਂ ਬਈ 1,000 ਵੀ ਬਹੁਤ ਵੱਡਾ ਸੀਗਾ 1,000 ਦਾ ਮੁੱਲ ਵੀ ਬਹੁਤ ਜ਼ਿਆਦਾ ਸੀਗਾ ਲੱਖਾਂ ਦਾ ਤਾਂ ਬਹੁਤ ਜ਼ਿਆਦਾ ਸੀ ਅਤੇ ਉਦੋਂ ਕਰੋੜਾਂ ਦੀ ਜੇ ਗੱਲ ਕਰੀਏ ਉਸ ਸਮੇਂ ਦੇ ਵਿੱਚ ਤਾਂ ਕਰੋੜਾਂ ਦੀ ਕੀਮਤ ਤੁਸੀਂ ਆਪ ਲਓ ਕਿੰਨੀ ਜ਼ਿਆਦਾ ਹੋਏਗੀ ਕਰੋੜਾਂ ਅੱਜ ਦੇ ਵਿੱਚ ਵੀ ਉਹ ਬਹੁਤ ਜ਼ਿਆਦਾ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਉਹੀ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀਗਾ। ਇੱਥੇ ਤੁਹਾਨੂੰ ਇਹ ਵੀ ਇੱਕ ਹੋਰ ਕਿੱਸਾ ਵੀ ਦੱਸਦਾ ਇੱਕ ਅੰਗਰੇਜ਼ ਆਇਆ ਅੰਗਰੇਜ਼ ਇੱਥੇ ਉਹਨੂੰ ਜਦੋਂ ਪਤਾ ਲੱਗਾ ਕਿ ਇੱਕ ਦੁਨੀਆਂ ਦੀ ਬਹੁਤ ਜ਼ਿਆਦਾ ਮਹਿੰਗੀ ਧਰਤੀ ਹੈ ਉਹ ਮੌਜੂਦ ਹੈਗੀ ਪੰਜਾਬ ਦੇ ਵਿੱਚ ਅਤੇ ਅੰਗਰੇਜ਼ ਕੀ ਕਹਿੰਦਾ ਕਹਿੰਦਾ ਦੇਖਦੇ ਹਾਂ ਕਿ ਉੱਥੇ ਕੌਣ ਰਹਿੰਦਾ ਦੁਨੀਆਂ ਦੀ ਮਹਿੰਗੀ ਧਰਤੀ ਹੈ ਕਹਿੰਦਾ ਦੇਖਦੇ ਹਾਂ ਉੱਥੇ ਰਹਿੰਦਾ ਕੌਣ ਹੈ ਐਡੀ ਮਹਿੰਗੀ ਧਰਤੀ 'ਤੇ ਰਹਿੰਦਾ ਕੌਣ ਹੈ ਉਹਨੇ ਦਿਮਾਗ ਦੇ ਵਿੱਚ ਇੱਕ ਤਸਵੀਰ ਬਣਾਈ ਹੋਈ ਸੀ ਕਿ ਕੋਈ ਵੱਡਾ ਬਿਜ਼ਨਸ ਕੋਈ ਰਹਿੰਦਾ ਹੋਊਗਾ ਹਾਂ ਵੀ ਕੁਰਸੀ ਲੱਗੀ ਹੋਏਗੀ ਵੱਡਾ ਮਹਿਲ ਹੋਏਗਾ ਬਹੁਤ ਜ਼ਿਆਦਾ ਤਕੜੇ ਹੋਣਗੇ ਤਾਂ ਬਈ ਜਦੋਂ ਉੱਥੇ ਜਾਂਦਾ ਗਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਗਾ ਅਤੇ ਉੱਥੇ ਨਿਹੰਗ ਸਿੰਘ ਦਮਾਲਾ ਸਜਾਈ ਫਿਰਦੇ ਹੁੰਦੇ ਨੇ ਉਹਨੂੰ ਜਦੋਂ ਪਤਾ ਲੱਗਦਾ ਕਿ ਇਹ ਉਹ ਜਗ੍ਹਾ ਗੀ ਇਹ ਪਵਿੱਤਰ ਹੈ ਨਾ ਧਰਮ ਹੈਗਾ ਜਿੱਥੇ ਕਿ ਵੱਡੇ ਜਿਹੜੇ ਛੋਟੇ ਸਾਹਿਬਜ਼ਾਦਿਆਂ ਦੀ ਸਿਰਫ ਸੰਸਕਾਰ ਵਾਸਤੇ ਸਭ ਤੋਂ ਮਹਿੰਗੀ ਜਗ੍ਹਾ ਹਾਂ ਤੇ ਬਈ ਉਹ ਮਤਲਬ ਕਿ ਉਹ ਦੱਸਿਆ ਜਾ ਰਿਹਾ ਕਿ ਉਹ ਜਿਹੜਾ ਅੰਗਰੇਜ਼ ਹੈ ਨਾ ਬਹੁਤ ਜ਼ਿਆਦਾ ਭਾਵੁਕ ਹੋਇਆ ਸੀਗਾ ਉਸ ਜਗ੍ਹਾ ਦੇ ਉੱਪਰ ਆ ਕੇ ਤਾਂ ਹੁਣ ਤੁਹਾਨੂੰ ਪਿੱਛੇ ਲੈ ਕੇ ਚੱਲਦਾ ਇਤਿਹਾਸ ਦੇ ਵਿੱਚ ਜਦੋਂ ਮੋਹਰਾਂ ਅਸ਼ਰਫੀਆਂ ਜਿਹੜੀਆਂ ਲਾ ਕੇ ਨਾ ਖੜੀਆਂ ਕੀਤੀਆਂ ਗਈਆਂ ਤਾਂ ਉਦੋਂ ਓਨੀ ਥਾਂ ਹੁਣ ਸਰਕਾਰੀ ਰਿਕਾਰਡ ਦੇ ਵਿੱਚ ਬੋਲਣ ਲੱਗ ਗਈ ਸੀ ਟੋਡਰਮੱਲ ਦੇ ਨਾਂ 'ਤੇ ਉਹ ਟੋਡਰਮੱਲ ਨੇ ਉਹ ਜਗ੍ਹਾ ਖਰੀਦ ਲਈ ਸੀ ਸਰਕਾਰੀ ਤੌਰ 'ਤੇ ਉਹ ਉਸ ਦਾ ਹੱਕਦਾਰ ਬਣ ਗਿਆ ਸੀਗਾ ਉਹਨੇ ਮਤਲਬ ਕਿ ਬਹੁਤ ਟਾਈਮ ਲਾਇਆ ਅਸ਼ਰਫੀਆਂ ਇਕੱਠੀਆਂ ਕਰਨ 'ਤੇ ਪਰ ਉਦੋਂ ਤੱਕ ਜਿੰਨਾ ਚਿਰ ਅਸ਼ਰਫੀਆਂ ਇਕੱਠੀਆਂ ਕਰ ਰਹੇ ਸੀ ਨਾ ਉਦੋਂ ਤੱਕ ਵੀ ਉਹਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਛੂਹਣ ਤੱਕ ਵੀ ਨਹੀਂ ਸੀ ਦਿੱਤਾ ਗਿਆ ਅਤੇ ਜਦੋਂ ਉਹਨੇ ਪੂਰੀ ਥਾਂ ਮੰਨ ਲਈ ਆਪਣੀ ਤਾਂ ਉਦੋਂ ਜਿਹੜੇ ਉਹ ਮਤਲਬ ਕਿ ਵਜ਼ੀਰ ਖਾਨ ਦੇ ਜਿੰਨੇ ਵੀ ਅਹਿਲਕਾਰ ਬੰਦੇ ਸੀ ਸਾਰੇ ਅਸ਼ਰਫੀਆਂ ਅਸ਼ਰਫੀਆਂ ਇਕੱਠੀਆਂ ਕਰਕੇ ਲੈ ਗਏ ਸਾਰੇ ਸੈਨਿਕ ਹੁਣ ਉਹ ਜਗ੍ਹਾ ਸੀਗੀ ਟੋਡਰਮੱਲ ਦੀ ਉਹਨਾਂ ਨੇ ਕੀ ਕੀਤਾ ਉੱਥੋਂ ਫਿਰ ਮੋਤੀ ਰਾਮ ਮਹਿਰਾ ਜੀ ਵੀ ਆਉਂਦੇ ਨੇ ਉਹਨਾਂ ਦੋਨਾਂ ਪਰਿਵਾਰਾਂ ਨੇ ਰਲ ਕੇ ਗੁਰੂ ਸਾਹਿਬ ਦੇ ਹੈ ਨਾ ਛੋਟੇ ਫਰਜ਼ੰਦਾਂ ਦਾ ਅਤੇ ਮਾਤਾ ਗੁਜਰ ਕੌਰ ਜੀ ਦਾ ਉੱਥੇ
ਮਤਲਬ ਕਿ ਅੰਤਿਮ ਰਸਮਾਂ ਉੱਥੇ ਨਿਭਾਈਆਂ ਤੇ ਦੱਸਿਆ ਜਾ ਰਿਹਾ ਕਿ ਮੋਤੀ ਰਾਮ ਮਹਿਰਾ ਜੀ ਤੇ ਟੋਡਰਮੱਲ ਜੀ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਛੋਟੇ ਫਰਜੰਦਾਂ ਨੂੰ ਹਨਾ ਮਤਲਬ ਕਿ ਅੰਤਿਮ ਨਹਾਈ ਕਰਦੇ ਹੁੰਦੇ ਨੇ ਉਹ ਕੀਤਾ ਸੀ, ਅਤੇ ਜਿਹੜੇ ਮਾਤਾ ਗੁਜਰ ਕੌਰ ਜੀ ਸੀਗੀ ਇਹਨਾਂ ਦੇ ਵਾਸਤੇ ਜਿਹੜੇ ਦੀਵਾਨ ਟੋਡਰਮੱਲ ਦੀ ਦੀਵਾਨ ਟੋਡਰਮੱਲ ਜੀ ਤੇ ਜਿਹੜੇ ਨੇ ਮੋਤੀ ਰਾਮ ਮਹਿਰਾ ਜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਮਤਲਬ ਕਿ ਦੀਵਾਨ ਟੋਡਰਮੱਲ ਜੀ ਦੀ ਜਿਹੜੀ ਘਰਵਾਲੀ ਸੀਗੀ ਤੇ ਮੋਤੀ ਰਾਮ ਮਹਿਰਾ ਜੀ ਦੀ ਮਾਤਾ ਜੀ ਉਹਨਾਂ ਨੇ ਮਤਲਬ ਕਿ ਮਾਤਾ ਗੁਜਰੀ ਜੀ ਅੰਤਿਮ ਰਸਮਾਂ ਸਾਰੀਆਂ ਪੂਰੀਆਂ ਕੀਤੀਆਂ ਸੀਗੀਆਂ। ਤੇ ਇਹ ਜਿਹੜੇ ਮੋਤੀ ਰਾਮ ਮਹਿਰਾ ਜੀ ਨੇ ਇਹਨਾਂ ਨੇ ਕੀ ਚੰਦਨ ਦੀ ਲੱਕੜੀ ਦਾ ਇੰਤਜ਼ਾਮ ਕੀਤਾ ਸੀ ਉਦੋਂ, ਮਤਲਬ ਕਿ ਦੋਨਾਂ ਪਰਿਵਾਰਾਂ ਨੇ ਅੰਤਿਮ ਰਸਮਾਂ ਨਿਭਾਈਆਂ ਸੀਗੀਆਂ। ਤਾਂ ਇੱਥੇ ਤੁਹਾਨੂੰ ਇਹ ਵੀ ਦੱਸਦਾ ਕਿ ਇਸ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜਦੋਂ ਪਵਿੱਤਰ ਦੇਹਾਂ ਦਾ ਸੰਸਕਾਰ ਹੋ ਜਾਂਦਾ ਤੀਜੇ ਦਿਨ ਤੱਕ ਹਨਾ ਦੱਸਿਆ ਜਾ ਰਿਹਾ ਸੰਸਕਾਰ ਹੋਇਆ ਸੀਗਾ, ਤਾਂ ਇਹ ਜਦੋਂ ਸੰਸਕਾਰ ਹੋ ਜਾਂਦਾ ਤਾਂ ਉਸ ਤੋਂ ਕਾਫੀ ਸਮਾਂ ਬਾਅਦ ਜਦੋਂ ਦੀਵਾਨ ਟੋਡਰਮੱਲ ਜੀ ਜਦੋਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਨੇ ਨਾ, ਮਤਲਬ ਕਿ ਕਿਤੇ ਵੀ ਜਦੋਂ ਮਿਲਦੇ ਨੇ ਕਿਤੇ ਉਹਨਾਂ ਦੀ ਭੇਂਟ ਹੁੰਦੀ ਹੈ ਗੁਰੂ ਸਾਹਿਬ ਦੇ ਨਾਲ, ਤਾਂ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਸੀਗਾ ਸਿੰਘਾਂ ਦੇ ਥਰੂ ਕਿ ਇਹਨੇ ਐਡੀ ਵੱਡੀ ਸੇਵਾ ਲਈ ਹੈ ਹਨਾ, ਇਸ ਬੰਦੇ ਨੇ ਐਡੀ ਵੱਡੀ ਸੇਵਾ ਕੀਤੀ ਹੈਗੀ। ਤਾਂ ਗੁਰੂ ਸਾਹਿਬ ਉਹਨੂੰ ਕਹਿੰਦੇ ਨੇ ਕਿ ਤੂੰ ਸਾਡੇ ਤੋਂ ਮੰਗ, ਕੀ ਮੰਗਦਾ ਗਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸਵਾਲ ਕੀਤਾ ਸੀਗਾ ਦੀਵਾਨ ਟੋਡਰਮੱਲ ਨੂੰ ਕਿ ਤੂੰ ਸਾਡੇ ਤੋਂ ਮੰਗ, ਤੂੰ ਐਡੀ ਵੱਡੀ ਗੁਰੂ ਘਰ ਦੀ ਸੇਵਾ ਕੀਤੀ ਹੈਗੀ, ਤੂੰ ਕੀ ਮੰਗਦਾ ਗਾ। ਤਾਂ ਇੱਥੇ ਉਹੀ ਤੁਹਾਡਾ ਸਵਾਲ ਆਉਂਦਾ ਹੈਗਾ, ਇੱਥੇ ਉਹਨੇ ਮੰਗਿਆ ਸੀਗਾ ਕਿ ਮੇਰਾ ਪਰਿਵਾਰ ਗੁਰੂ ਸਾਹਿਬ ਉੱਜੜ ਜਾਵੇ, ਮੇਰੀ ਵੰਸ਼ ਉੱਜੜ ਜਾਵੇ, ਮੈਂ ਤੁਹਾਡੇ ਤੋਂ ਇਹੀ ਵਾਰ ਮੰਗਦਾ ਗਾ, ਇਹੀ ਮੇਰੀ ਇੱਛਾ ਹੈਗੀ। ਤੇ ਜਿਹੜੇ ਬਈ ਕੋਲ ਖੜੇ ਸਿੰਘ ਸੀਗੇ ਉਹ ਵੀ ਹੈਰਾਨ ਰਹਿ ਜਾਂਦੇ ਨੇ ਕਿ ਇੰਨੀ ਵੱਡੀ ਸੇਵਾ ਕੀਤੀ ਪਰ ਇਹ ਮੰਗ ਕੀ ਰਿਹਾ ਗਾ, ਇਹ ਆਪਦੀ ਵੰਸ਼ ਉੱਜੜ ਜਾਣ ਵਾਸਤੇ ਕਿਉਂ ਕਹਿੰਦਾ ਉੱਜੜ ਜਾਣ ਦੀ ਇੱਛਾ ਕਰ ਰਿਹਾ। ਹਾਂ ਇੱਥੇ ਤਾਂ ਸਾਰੇ ਐਂ ਕਹਿਣਗੇ ਮੈਂ ਬਹੁਤ ਵੱਡਾ ਹੋਰ ਬਣ ਜਾ, ਮੇਰੀ ਵੰਸ਼ ਅੱਗੇ ਗਾਂਹ ਦੀ ਗਾਂਹ ਵਧੇ, ਮੇਰੇ ਲੋਕ ਵਾਹ ਵਾਹ ਕਰਨ, ਪਰ ਇਹ ਦੀਵਾਨ ਟੋਡਰਮੱਲ ਨੇ ਅਜਿਹਾ ਕਿਉਂ ਕਿਹਾ ਕਿ ਮੇਰੀ ਵੰਸ਼ ਨਾ ਅੱਗੇ ਵਧੇ। ਦੋ ਗੁਰੂ ਸਾਹਿਬ ਦੇ ਜਾਣੇ ਜਾਣ ਸੀ ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਤੂੰ ਇਹ ਵਾਰ ਕਾਹਤੋਂ ਮੰਗਿਆ, ਤੂੰ ਹੋਰ ਕੁਛ ਵੀ ਮੰਗ ਸਕਦਾ ਸੀਗਾ। ਤਾਂ ਇਹਨੇ ਵੀ ਬਹੁਤ ਪਿਆਰੀ ਗੱਲ ਕਹੀ ਜਿਹੜੀ ਕਿ ਆਪਾਂ ਨੂੰ ਵੀ ਧਾਰਨ ਕਰਨੀ ਚਾਹੀਦੀ ਹੈਗੀ। ਦੀਵਾਨ ਟੋਡਰਮੱਲ ਨੇ ਕਿਹਾ ਕਿ ਗੁਰੂ ਸਾਹਿਬ ਇਹ ਜਿਹੜੀ ਸੇਵਾ ਗੀ ਤੁਸੀਂ ਲਈ ਹੈ ਮੇਰੇ ਤੋਂ, ਜਿਹੜੀ ਸੰਸਕਾਰ ਦੀ ਸੇਵਾ ਹੈਗੀ, ਇਹ ਨੀ ਜਿਹੜੀ ਧਰਤੀ ਹੈਗੀ ਇਹ ਤੁਹਾਡੀ ਸੇਵਾ ਕਰਕੇ ਹਨਾ ਆਪਾਂ ਖਰੀਦੀ ਹੈਗੀ। ਤੇ ਉਹ ਕਹਿੰਦਾ ਇਹ ਸਰਕਾਰੀ ਰਿਕਾਰਡਾਂ ਦੇ ਕਰਕੇ ਮੇਰੇ ਨਾਂ ਤੇ ਬੋਲ ਰਹੀ ਹੈਗੀ, ਪਰ ਮੈਂ ਨੀ ਚਾਹੁੰਦਾ ਕਿ ਮੇਰੀਆਂ ਗਾਂਹ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਕਿਸੇ ਤਰੀਕੇ ਦੇ ਨਾਲ ਉਹਨਾਂ ਦਿਮਾਗ ਭ੍ਰਸ਼ਟ ਹੋ ਜਾਏ, ਉਹਨਾਂ ਦੀ ਬੁੱਧੀ ਭ੍ਰਸ਼ਟ ਹੋ ਜਾਏ ਹਨਾ ਕਿਸੇ ਤਰੀਕੇ ਵੀ, ਤੇ ਉਹ ਇਸ ਥਾਂ ਨੂੰ ਐਂ ਕਹਿਣ ਕਿ ਸਾਡੇ ਵੱਡੇ ਵਡੇਰਿਆਂ ਨੇ ਇਹ ਜਗ੍ਹਾ ਖਰੀਦੀ ਸੀਗੀ ਤੇ ਉਹ ਫਿਰ ਤੁਹਾਡੇ ਤੋਂ ਮੰਗਣ, ਗੁਰੂ ਘਰ ਨੂੰ ਜਗ੍ਹਾ ਦੇ ਕਹਿੰਦੇ ਦਿੱਤੀ ਹੈ ਮੈਂ ਇਹ, ਤੇ ਗੁਰੂ ਘਰ ਨੂੰ ਹੀ ਹਨਾ ਗੁਰੂ ਘਰ ਵਾਸਤੇ ਇਹ ਜਗ੍ਹਾ, ਤੇ ਉਹਨਾਂ ਨੂੰ ਮੈਂ ਇੱਕ ਸਾਹਿਬ ਦੀ ਭੇਂਟ ਕੀਤੀ ਆਪਦਾ ਨਜ਼ਰਾਨਾ ਹਨਾ ਮੇਰਾ। ਤੇ ਇਹ ਕਹਿੰਦਾ ਮੈਂ ਨੀ ਚਾਹੁੰਦਾ ਗਾ ਕਿ ਮੇਰਾ ਕੋਈ ਵੀ ਗਾਂ ਪੀੜ੍ਹੀ ਕੋਈ ਵੀ ਹਨਾ ਅਜਿਹੀ ਹਰਕਤ ਕਰੇ ਕਿ ਇਹ ਜਿਹੜੀ ਜ਼ਮੀਨ ਹੈਗੀ ਇਹ ਉਹ ਆਪਦੇ ਵੱਲ ਹੜੱਪਣ ਨੂੰ ਕੋਸ਼ਿਸ਼ ਕਰਨ, ਇਸ ਜ਼ਮੀਨ ਨੂੰ ਹੜੱਪਣ ਦੀ, ਤਾਂ ਕਰਕੇ ਕਹਿਣਾ ਕਿ ਮੇਰੀ ਜਿਹੜੀ ਵੰਸ਼ ਹੈ ਇੱਥੇ ਹੀ ਖਤਮ ਕਰ ਦਿਓ, ਮੇਰੀ ਵੰਸ਼ ਇੱਥੇ ਹੀ ਰੋਕ ਦਿਓ। ਇਹ ਵਾਲਾ ਵਰ ਮੰਗਿਆ ਸੀਗਾ ਦੀਵਾਨ ਟੋਡਰਮੱਲ ਨੇ। ਤਾਂ ਬਈ ਇੱਥੇ ਤੁਹਾਨੂੰ ਇਹ ਵੀ ਦੱਸਦਾ ਕਿ ਦੀਵਾਨ ਟੋਡਰਮੱਲ ਜੀ ਉਹਨਾਂ ਦੇ ਨਾਮ ਦੇ ਨਾਲ ਜੈਨ ਲਫ਼ਜ਼ ਵਰਤਿਆ ਜਾਂਦਾ ਗਾ, ਤੇ ਇਹ ਕਿਉਂ ਵਰਤਿਆ ਜਾਂਦਾ ਕਿਉਂਕਿ ਫਤਿਹਗੜ੍ਹ ਸਾਹਿਬ ਜਿਹੜੇ ਟਰੱਸਟ ਨੇ ਹਨਾ ਉਹਨਾਂ ਨੇ ਇਹ ਇਤਿਹਾਸਕਾਰ ਨੇ ਉਹਨਾਂ ਨੇ ਦੱਸਿਆ ਗਾ ਕਿ ਇਹ ਇੱਕ ਜੈਨ ਸੀਗੇ ਦੀਵਾਨ ਟੋਡਰਮੱਲ ਜੀ, ਉਹਨਾਂ ਦਾ ਪੂਰਾ ਨਾਮ ਦੀਵਾਨ ਟੋਡਰਮੱਲ ਜੀ ਜੈਨ ਦੇ ਤੌਰ ਤੇ ਉਹਨਾਂ ਦਾ ਜਿਹੜਾ ਨਾਮ ਵਰਤਿਆ ਜਾਂਦਾ ਜੀ।